ਸਤਿ ਸ਼੍ਰੀ ਅਕਾਲ ਜੀ, ਮੈਂ ਰਣਜੀਤ ਰਾਣਾ। ਅੱਜ ਅਸੀਂ ਸ਼ੂਟ ਕਰ ਰਹੇ ਹਾਂ ਸੀਰੀਅਲ ਅਜਾਇਬ ਘਰ। ਅੱਜ ਡੇ ਫਾਈਵ, ਅੱਜ ਪੰਜਵਾਂ ਦਿਨ ਹੈ ਜੀ ਸਾਨੂੰ। ਅਤੇ ਪਹਿਲਾ ਸੀਕੁਐਂਸ ਚੱਲ ਰਿਹਾ ਸਾਡਾ, ਸਵੇਰ ਦੇ 7 ਹੋ ਚੁੱਕੇ ਨੇ। ਮਿਲਾਨਾ ਮੈਂ ਤੁਹਾਨੂੰ ਸਾਰੀ ਟੀਮ ਨਾਲ। ਇਹ ਨੇ ਜੀ ਮੋਹਿਤ ਭਾਈ ਜੀ। ਹੈਲੋ ਫਰੈਂਡਸ, ਪਹਿਲਾਂ ਵੀ ਤੁਸੀਂ ਜਾਣਦੇ ਉਹਨਾਂ ਨੂੰ ਕੀ ਕਰ ਰਹੇ ਹੋ ਦੱਸੋ। ਅਸੀਂ ਆਪਾਂ ਸੀਰੀਅਲ ਸ਼ੂਟ ਕਰਦੇ ਪਏ ਹਾਂ ਜੀ, ਅਜਾਇਬ ਘਰ ਨਾਮ ਹੈ ਉਹਦਾ। ਅਤੇ ਬਹੁਤ ਵਧੀਆ ਲੱਗ ਰਿਹਾ ਜੀ, ਬਹੁਤ ਸੋਹਣਾ ਸੈੱਟ ਲੱਗਿਆ ਹੋਇਆ, ਤੁਸੀਂ ਦੇਖੋਗੇ ਤੁਹਾਨੂੰ ਬਹੁਤ ਮਜ਼ਾ ਆਉਣਾ ਦੇਖ ਕੇ। ਵਾਕਈ ਜੀ ਬਿਲਕੁਲ ਸੱਚ ਗੱਲ ਹੈ। ਅੱਗੇ ਮਿਲਾਉਂਦੇ ਹਾਂ ਆਪਾਂ ਭਾਅ ਜੀ ਨਾਲ, ਜਿਹੜੇ ਸਾਡੇ ਕੈਮਰਾਮੈਨ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਕਿਵੇਂ ਦਾ ਲੱਗ ਰਿਹਾ ਸ਼ੂਟ ਕਰਕੇ? ਬਹੁਤ ਵਧੀਆ ਲੱਗ ਰਿਹਾ ਸ਼ੂਟ ਕਰਕੇ, ਨਜ਼ਾਰਾ ਰਾਣਾ ਭਾਅ ਜੀ ਨਾਲ ਸ਼ੂਟ ਕਰਕੇ ਕਿੱਦਾਂ? ਬਹੁਤ ਵਧੀਆ ਇਨਵਾਇਰਮੈਂਟ ਹੀ ਆ, ਸਭ ਕੁਝ ਅੱਛਾ ਹੀ ਆ, ਵਧੀਆ ਮਜ਼ਾ ਆ ਰਿਹਾ ਸ਼ੂਟ ਕਰਕੇ, ਅੱਛਾ ਲੱਗ ਰਿਹਾ। ਭਾਈ ਦਾ ਜੀ ਕੰਮ ਬਹੁਤ ਜ਼ਿਆਦਾ ਪਸੰਦ ਆ ਰਿਹਾ ਸਾਨੂੰ, ਹਰ ਇੱਕ ਬਰੀਕੀ ਦਾ ਧਿਆਨ ਰੱਖਦੇ ਨੇ, ਬਿਲਕੁਲ ਪ੍ਰੋਫੈਸ਼ਨਲ ਵਰਕ ਹੋ ਰਿਹਾ ਜੀ। ਤੁਹਾਨੂੰ ਜੋ ਵੀ ਕਲੈਰਿਟੀ ਹਰ ਕੁਛ ਮਿਲੇਗਾ, ਕੈਮਰਾ ਵੱਲੋਂ ਕੋਈ ਪ੍ਰੋਬਲਮ ਨਹੀਂ ਆਊਗੀ, ਇਹ ਮੇਰਾ ਪੂਰਾ ਵਾਅਦਾ ਹੈ ਤੁਹਾਡੇ ਨਾਲ। ਥੈਂਕ ਯੂ ਸਰ। ਇੱਕ ਆਪਣਾ ਹੋਰ ਇੱਥੇ ਖਾਸ ਬੰਦਾ ਚੰਚਲ ਸਿੰਘ ਜੀ, ਸਿੱਧਾ ਸਿੰਘਾਪੁਰ ਤੋਂ ਸਾਡੇ ਲਈ ਆਏ ਨੇ, ਸਪੈਸ਼ਲ ਆਏ ਜੀ ਇਹਨਾਂ ਵਾਸਤੇ। ਸੋ ਆਪਣਾ ਉਹਦੇ ਕੰਮ ਕਰਕੇ ਬਹੁਤ ਵਧੀਆ ਲੱਗ ਰਿਹਾ ਜੀ, ਫੁੱਲ ਮਜ਼ਾ ਆ ਰਿਹਾ। ਰਾਣਾ ਭਾਈ ਨਾਲ ਨੇ ਇੰਨੇ ਵਧੀਆ ਬੰਦੇ, ਜਦੋਂ ਨਾਲ ਹੋਣਗੇ ਕੰਮ ਆਪ ਹੀ ਵਧੀਆ ਹੁੰਦਾ ਅਤੇ ਨਜ਼ਾਰਾ ਤਾਂ ਆਪ ਹੀ ਆਈ ਜਾਂਦਾ। ਦੇਖੋ ਤਾਰੀਫ ਕਰਨਾ ਹਟਦਾ ਨਹੀਂ, ਠੀਕ ਹੈ ਜੀ, ਪੇਮੈਂਟ ਵਧਣ ਹੀ ਲੱਗੀ। ਚਲੋ ਅੱਗੇ ਅੰਦਰ ਮੇਕਅਪ ਹੋ ਰਿਹਾ, ਮੈਂ ਮੇਕਅਪ ਨਾਲ ਮਿਲਾ ਦਿੰਦਾ। ਆਹ ਦੇਖੋ ਜੀ, ਇੱਥੇ ਸਾਰੇ ਮੇਕਅਪ ਕਰਾਉਣੇ। ਲਵ ਯੂ ਹੈ ਸਿਧਾਰਥ ਜੀ, ਲਵ ਯੂ ਹੈ ਭਾਅ ਜੀ, ਲਵ ਯੂ, ਬਹੁਤ ਵਧੀਆ ਰਾਣਾ ਭਾਅ ਜੀ ਡਾਇਰੈਕਟਰ, ਮੈਂ ਕਹਿੰਦਾ A1 ਡਾਇਰੈਕਟਰ ਨੇ, A1 ਪ੍ਰੋਡਕਸ਼ਨ ਵੱਲੋਂ ਹੋ ਰਿਹਾ ਹੈ ਸ਼ੂਟ। ਤੇ ਅੱਜ ਕੀ ਕਰੈਕਟਰ ਕਰ ਰਹੇ ਤੁਸੀਂ? ਅੱਜ ਮੈਂ ਬਿਜ਼ਨਸਮੈਨ ਦਾ ਕਰੈਕਟਰ ਕਰ ਰਿਹਾ ਤੇ ਇੱਕ ਬਹਿਰੂਪੀਆ ਬਣਿਆ ਜਿਹੜਾ ਕਿਰਾਏਦਾਰ ਹੈ। ਅੱਛਾ ਅੱਛਾ, ਤੇ ਬਹੁਤ ਵਧੀਆ ਲੱਗ ਰਿਹਾ ਕੰਮ ਕਰਕੇ, ਬਹੁਤ ਇੰਜੋਏ ਕਰ ਰਹੇ ਹਾਂ। ਗੁੱਡ ਗੁੱਡ ਗੁੱਡ, ਤੇ ਕਿਰਦਾਰ ਵਿੱਚ ਖੁੱਬੇ ਪਏ ਆ। ਇੱਥੇ ਵੀ ਇੱਧਰ ਦੇਖੋ ਮੇਕਅਪ ਚੱਲ ਰਿਹਾ ਆਰਟਿਸਟ ਦਾ, ਇਹ ਸਾਡੇ ਯੋਗੇਸ਼, ਬਹੁਤ ਵਧੀਆ ਲੱਗ ਰਿਹਾ ਜੀ, ਮੇਕਅਪ ਚੱਲ ਰਿਹਾ ਮੇਰਾ, ਇਸ ਤੋਂ ਬਾਅਦ ਸ਼ੂਟ ਹੈ, ਬਹੁਤ ਇੰਜੋਏ ਕਰਨਾ ਅੱਜ ਤਾਂ, ਮੌਕਾ ਲਾ ਰਹੇ ਹੈ, ਮੌਕੇ ਤੇ ਮੌਕਾ, ਮੌਕਾ ਤੇ ਮੌਕਾ ਲੱਗ ਰਿਹਾ ਇੱਧਰ। ਆਪਣੇ ਇਹ ਆਪਣੇ ਧਰਮਿੰਦਰ ਜੀ ਕੈਮਰਾਮੈਨ ਆ ਗਏ ਨਾ, ਬਹੁਤ ਵਧੀਆ ਆਰਟਿਸਟ, ਮੇਕਅਪ ਆਰਟਿਸਟ, ਸਭ ਕੁਝ ਹੀ ਸਾਂਭ ਰਹੇ ਨੇ ਜੀ, ਆਲਰਾਊਂਡਰ ਨੇ ਇਹ, ਤੇ ਬਹੁਤ ਹੈਲਪਫੁਲ ਬੰਦੇ ਨੇ। ਤੇ ਮੌਕਾ ਹੀ ਲਾ ਰਹੇ ਸ਼ੂਟਿੰਗ ਬਾਰੇ, ਸ਼ੂਟਿੰਗ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਹਾਂ ਸ਼ੂਟਿੰਗ ਨੂੰ, ਸਾਡਾ 4th-5th ਦਿਨ ਹੈ, ਬਹੁਤ ਹੀ ਜ਼ਿਆਦਾ ਫੈਮਿਲੀ ਵਰਗਾ ਮਾਹੌਲ ਬਣਿਆ ਹੋਇਆ ਹੈ, ਇਹਦੇ ਵਿੱਚ ਬਹੁਤ ਹੀ ਮਤਲਬ ਘਰੇਲੂ, ਪਤਾ ਹੀ ਲੱਗ ਰਿਹਾ ਵੀ ਸ਼ੂਟ ਚੱਲ ਰਿਹਾ ਜੀ, ਅਸੀਂ ਘਰੇ ਬੈਠ ਕੇ ਕਿਸ ਤਰ੍ਹਾਂ ਮਤਲਬ ਕਿ ਕੋਈ ਗੱਲਬਾਤ ਕਰਦੇ ਹਾਂ। ਤੁਸੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਮੇਰਾ ਬਾਹੂਬਲੀ ਦਾ ਕਰੈਕਟਰ ਹੈ ਜੀ। ਠੀਕ ਹੈ ਜੀ, ਬਾਹੂਬਲੀ ਸਭ ਨੂੰ ਪਤਾ ਹੀ ਹੈ ਕਿ ਕੀ ਚੀਜ਼ ਸੀ, ਹਾਂ ਪਰ ਹਾਲੇ ਅਸੀਂ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ, ਉਹ ਹੈ ਕੀ ਚੀਜ਼, ਇਹ ਸਸਪੈਂਸ ਹੈ ਵੀ ਸਸਪੈਂਸ ਹੈ, ਬਾਹੂਬਲੀ ਹੈ ਕੀ ਹੈ, ਹੈ ਕੀ ਹੈ, ਇਹਦੇ ਲਈ ਤੁਹਾਨੂੰ ਦੇਖਣਾ ਪੈਣਾ ਸੀਰੀਅਲ ਜੀ, ਬਹੁਤ ਜਲਦੀ ਆ ਰਿਹਾ। ਇੱਕ ਹੋਰ ਵਧੀਆ ਸ਼ਖਸੀਅਤ ਸਾਡੇ ਇੱਥੇ ਕੈਮਰਾਮੈਨ ਸਰ ਜਤਿੰਦਰ ਸਰ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਪਿਆਰ ਦੇਣਾ ਚਾਹੁੰਦੇ ਹਾਂ, ਵਾਹ ਜੀ ਵਾਹ, ਇਹਦੇ ਉੱਤੇ ਕੁਛ ਨਹੀਂ, ਕਿਵੇਂ ਚੱਲ ਰਿਹਾ ਜੀ? ਬਹੁਤ ਅੱਛਾ ਲੱਗ ਰਿਹਾ ਜੀ, ਬਟ ਬੜੇ ਬੱਚੇ ਮਿਹਨਤ ਕਰ ਰਹੇ ਨੇ, ਖਾਸ ਕਰਕੇ ਡਾਇਰੈਕਟਰ ਸਾਹਿਬ, ਥੈਂਕ ਯੂ ਥੈਂਕ ਯੂ, ਬਹੁਤ ਮਿਹਨਤ ਕਰ ਰਹੇ ਨੇ, ਜਿਹੜੇ ਜਲਦੀ ਆਉਂਦਾ ਲੇਟ ਜਾਂਦਾ, ਇਹਨਾਂ ਬਜ਼ੁਰਗਾਂ ਦਾ ਇਹੀ ਆਸ਼ੀਰਵਾਦ ਸਾਡੇ ਉੱਤੇ, ਤਾਂ ਹੀ ਬਹੁਤ ਵਧੀਆ ਸ਼ੂਟ ਜਾਂਦਾ ਜੀ, ਸਭ ਤੋਂ ਪਹਿਲਾਂ ਆਉਂਦੇ ਨੇ ਇੱਥੇ, ਟਾਈਮ ਦੇ ਬਹੁਤ ਪੱਕੇ ਨੇ ਜੀ, ਸਾਨੂੰ ਸਮੇਂ ਸਮੇਂ 'ਤੇ ਚੀਜ਼ਾਂ ਬਾਰੇ ਦੱਸਦੇ ਨੇ ਜੋ ਸਾਨੂੰ ਨਹੀਂ ਪਤਾ ਹੁੰਦੀਆਂ, ਪੁਰਾਣੇ ਜ਼ਮਾਨੇ ਸਾਨੂੰ ਕੁਝ ਦਿਖਾਉਣਾ ਹੁੰਦਾ ਅਤੇ ਸਾਨੂੰ ਜੀ ਬਹੁਤ ਹੈਲਪ ਕਰਦੇ ਨੇ, ਬਹੁਤ ਪਿਆਰ ਮਿਲਦਾ ਜਿਹੜਾ ਵੱਲ। ਅਤੇ ਉਸ ਤੋਂ ਬਾਅਦ ਜਿਹਨਾਂ ਬਿਨਾਂ ਸ਼ੂਟ ਮਤਲਬ ਤੁਸੀਂ ਦੇਖ ਹੀ ਨਹੀਂ ਸਕਦੇ, ਇਹ ਚੀਜ਼ ਹੋ ਹੀ ਨਹੀਂ ਸਕਦਾ, ਉਹ ਯਾਰ ਕਰ ਲੈਣ ਦੋ ਇੱਕ ਮਿੰਟ। ਅਤੇ ਉਹ ਬੰਦੇ ਹੈਗੇ ਨੇ ਜੀ DOP ਕਿਰਨ ਵਸ਼ਿਸ਼ਟ ਜੀ, ਕਿਰਨ ਮੇਰੇ ਵਾਲੇ ਐਕਟਰ, ਬੜੇ ਤਕੜੇ ਨੇ, ਕਈ ਵਾਰ ਐਕਟਿੰਗ ਕਰ ਰਹੇ ਸਾਨੂੰ ਐਂ ਲੱਗਦਾ ਕਿ ਨਹੀਂ ਸੱਚੀ ਗੁੱਸਾ ਕਰ ਰਹੇ, ਪਰ ਉਹ ਐਕਟਿੰਗ ਕਰ ਰਹੇ ਹੁੰਦੇ ਨੇ, ਬਾਅਦ 'ਚ ਹੱਸ ਪੈਂਦੇ ਨੇ, ਅਤੇ ਇਹਨਾਂ ਨੂੰ ਹਸਾਉਣ ਦਾ ਮੈਨੂੰ ਇੱਕ ਆਈਡੀਆ ਵੀ ਪਤਾ, ਅਤੇ ਬਹੁਤ ਇੰਜੋਏ ਹੋ ਰਹੀ ਹੈ ਜੀ। ਅਤੇ ਸਟੋਰੀ ਲਾਈਨ, ਐਕਟਰ ਸਾਰੇ ਬਾ ਕਮਾਲ ਨੇ, ਕਿਆ ਬਾਤ, ਮੈਂ ਚਲੋ ਆਪਣੀ ਤਰੀਫਤਾਂ ਹੋਰ ਕੀ ਕਰਾਂ, ਇਹ ਤਾਂ ਤੁਸੀਂ ਅੱਛਾ ਹੈ ਜੀ, ਜਾਣਦੇ ਨੇ ਆਪਾਂ ਕਿੰਨੀ ਵਾਰੀ ਲਾਈਵ ਦੇ ਚੁੱਕੇ ਹਾਂ, ਜਾਣਦੇ ਨੇ ਆਪਣੇ ਕੰਮ, ਇੰਜੋਏ ਫੁੱਲ ਹੋ ਰਿਹਾ, ਕਿਆ ਬਾਤ, ਥੈਂਕ ਯੂ ਥੈਂਕ ਯੂ। ਇੱਕ ਹੋਰ ਆਪਣੇ ਆਰਟਿਸਟ ਇੱਧਰ ਤਿਆਰ ਹੋ ਰਹੇ ਨੇ, ਇੱਧਰ ਆ ਜਾ ਲਾਈਟ ਇੱਧਰ ਹੈਗੀ,
ਹਾਂਜੀ ਕਿਆ ਹੋ ਗਿਆ ਲਵਦੀਪ ਬਹੁਤ ਵਧੀਆ ਆਰਟਿਸਟ ਪਟਿਆਲੇ ਦੇ ਥੈਂਕ ਯੂ ਜੀ ਜਿਹਨਾਂ ਤੁਸੀਂ ਦੇਖ ਚੁੱਕੇ ਹੋਣੇ ਕਾਫੀ ਸ਼ੋਰਟ ਫਿਲਮਸ ਤੇ ਥੀਏਟਰ ਨਾਲ ਜੁੜੇ ਹੋਏ ਆਰਟਿਸਟ ਆਪਣਾ ਹਿੱਸਾ ਆਪਣਾ ਆਪਣਾ ਹਿੱਸੇ ਵਿੱਚ ਬਹੁਤ ਸੋ ਵੱਡਾ ਪ੍ਰੋਜੈਕਟ ਮੇਰੀ ਫਿਲਮ ਉਹ ਵੀ ਆਪਾਂ ਹੀ ਸ਼ੂਟ ਕੀਤਾ ਸੀ ਪਰ ਹਮੇਸ਼ਾ ਹੀ ਮੈਂ ਲਫਾਫੇ ਤਾਂ ਕਿਸੇ ਨੂੰ ਰਹਿ ਜਾਂਦਾ ਮੈਨੂੰ ਅੱਜ ਵੀ ਕਾਲੀ ਮੇਜ਼ ਦਾ ਮੌਕਾ ਲੈਣਾ ਪੈ ਰਿਹਾ ਹੈ ਬੜੀ ਖੁਸ਼ੀ ਹੋ ਰਿਹਾ ਕਿ ਆਪਣੇ ਕਰੈਕਟਰ ਬਾਰੇ ਕੀ ਕਹਿਣਾ ਚਾਹੁੰਦੇ ਮੈਂ ਕਰੈਕਟਰ ਬਾਰੇ ਕਹਿਣਾ ਚਾਹੁੰਦਾ ਕਿ ਜੋ ਚੀਜ਼ ਮੈਂ ਚਾਹੁੰਦਾ ਸੀਗਾ ਮੈਨੂੰ ਉਸ ਤੋਂ ਡਿਫਰੈਂਟ ਚੀਜ਼ ਮਿਲੀ ਹੈ ਕਿਆ ਬਾਤ ਹੈ ਮੈਂ ਸੋਚ ਕੇ ਆਇਆ ਸੀ ਮੈਨੂੰ ਸ਼ਾਹਰੁਖ ਖਾਨ ਮਿਲੇਗਾ ਮੈਨੂੰ ਅਮੀਰ ਖਾਨ ਦਿੱਤਾ ਗਿਆ ਅਤੇ ਮੈਂ ਬਹੁਤ ਖੁਸ਼ ਹੈ ਅਤੇ ਮੈਂ ਬੜਾ ਖੁਸ਼ ਹਾਂ ਮੈਨੂੰ ਬੱਚਾ ਬਣਨਾ ਹੈ ਕਿਆ ਬਾਤ ਹੈ ਵੈਰੀ ਗੁੱਡ ਹੈਲੋ ਬਾਏ ਬਾਏ ਗਾਇਸ ਇੱਕ ਹੋਰ ਸਾਡੇ ਆਰਟਿਸਟ ਜੋ ਕਿ ਬਾ ਕਮਾਲ ਨੇ ਖੂਬਸੂਰਤ ਨੇ ਬਹੁਤ ਅੱਛੇ ਆਰਟਿਸਟ ਨੇ ਪੰਜਾਬ 'ਚ ਪੂਰੇ ਇੰਡੀਆ 'ਚ ਨਾਮ ਖੱਟ ਚੁੱਕੇ ਨੇ ਉਹ ਨੇ ਮੈਡਮ ਪਰਮਿੰਦਰ ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪਰਮਿੰਦਰ ਗਿੱਲ ਬਰਨਾਲਾ ਤੋਂ ਅਤੇ ਮੈਂ ਆਪਣੀ ਮੇਕਅਪ ਲਈ ਤਿਆਰ ਹੋ ਰਹੀ ਹਾਂ ਨੇਲ ਪੇਂਟ ਲਾ ਰਹੀ ਹਾਂ ਕਿਉਂਕਿ ਮੇਰਾ ਕਰੈਕਟਰ ਹੀ ਕੁਛ ਇੱਦਾਂ ਦਾ ਮੈਨੂੰ ਬੰਨ ਠਣ ਕੇ ਰਹਿਣਾ ਪੈਂਦਾ ਪਰ ਮੈਂ ਹੈ ਨਹੀਂ ਇੱਦਾਂ ਦੀ ਤੁਹਾਨੂੰ ਪਤਾ ਹੀ ਹੈ ਹੈਗੇ ਨੇ ਇੱਦਾਂ ਦੇ ਹੀ ਮੈਂ ਝੂਠ ਬੋਲ ਰਹੇ ਨੇ ਇਹਨਾਂ ਨੇ ਬਣਾਇਆ ਸਾਡੇ ਡਾਇਰੈਕਟਰ ਸਾਹਿਬ ਨੇ ਮੇਰੇ ਕੋਲੇ ਬੈਠੇ ਨੇ ਇਹਨਾਂ ਨੇ ਬਣਾਇਆ ਇਹਨਾਂ ਦੀ ਬਦੌਲਤ ਮੈਂ ਸਭ ਕੁਝ ਇੱਥੇ ਆ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਹੁਣ ਹੋਰ ਕੌਣ ਰਹਿ ਗਿਆ ਆਹ ਦੇਖੋ ਜੀ ਮੁੱਛ ਲੱਗ ਗਈ ਹੈ ਜੀ ਅਤੇ ਹੁਣ ਆਪਾਂ ਕਿਰਦਾਰ ਲਈ ਰੈਡੀ ਹਾਂ ਆਪਾਂ ਦੋਨੋਂ ਬਿਜ਼ਨਸਮੈਨ ਹਾਂਜੀ ਬਿਜ਼ਨਸ ਕਰਨ ਲਈ ਰੈਡੀ ਹਾਂ ਇਸ ਪੂਰੇ ਨਾਟਕ ਦੇ ਜੋ ਮੇਨ ਬੈਕਬੋਨ ਸਭ ਤੋਂ ਵਧੀਆ ਕਲਾਕਾਰ ਸੁਰਿੰਦਰ ਪਾਠ ਜੀ ਸੀਨੀਅਰ ਆਰਟਿਸਟ ਸਰ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਸ਼ੂਟ ਕਰਕੇ ਹਾਂ ਬਈ ਬਹੁਤ ਵਧੀਆ ਐਕਸਪੀਰੀਅੰਸ ਹੈ ਬਹੁਤ ਹੀ ਸ਼ਾਨਦਾਰ ਤਜਰਬਾ ਹੈ ਕੈਰੈਕਟਰ ਤਾਂ ਹੈ ਹੀ ਹੈ ਨਾਲ ਜਿਹੜੀ ਟੀਮ ਹੈ ਉਹ ਇੰਨੀ ਸਪੋਰਟਿਵ ਹੈ ਇੰਨੀ ਮਿਹਨਤੀ ਹੈ ਕਿ ਕਹਿਣ ਲਈ ਯਾਦ ਨਹੀਂ ਅਤੇ ਆਪਣੇ ਕੈਰੈਕਟਰ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਇਹ ਇੱਕ ਇਸ ਤਰ੍ਹਾਂ ਦਾ ਕਰੈਕਟਰ ਹੈ ਜਿਹੜਾ ਸਨਕੀ ਵੀ ਹੈ ਫੌਜ ਦੇ ਵਿੱਚੋਂ ਡਿਸਿਪਲਿਨ ਵੀ ਸਿੱਖਿਆ ਹੈ ਸੋਸਾਇਟੀ ਦੇ ਵਿੱਚ ਕਿਤੇ ਨਾ ਕਿਤੇ ਮਿਸਫਿੱਟ ਵੀ ਹੈ ਪਰੰਤੂ ਨਾਲ ਦੀ ਨਾਲ ਉਹ ਚੀਜ਼ਾਂ ਨੂੰ ਸੁਧਾਰਨ ਦੇ ਆਹਰ ਵਿੱਚ ਲੱਗਿਆ ਹੋਇਆ ਹਾਂਜੀ ਹਾਲਾਂਕਿ ਉਹ ਕਈ ਜਗ੍ਹਾ ਕਾਮਯਾਬ ਹੁੰਦਾ ਹੈ ਕਈ ਜਗ੍ਹਾ ਨਹੀਂ ਵੀ ਹੁੰਦਾ ਜਿਵੇਂ ਕਿ ਆਮ ਆਦਮੀ ਹੁੰਦਾ ਹੁੰਦਾ ਪਰੰਤੂ ਉਸਦੀ ਕੋਸ਼ਿਸ਼ ਜਾਰੀ ਹੈ ਹਾਂ ਇਸ ਕੋਸ਼ਿਸ਼ ਦੇ ਵਿੱਚ ਉਮਰ ਲੰਘਣ ਕਰਕੇ ਉਸਦਾ ਦਿਮਾਗੀ ਤਵਾਜ਼ਨ ਥੋੜ੍ਹਾ ਜਿਹਾ ਹਿੱਲ ਚੁੱਕਿਆ ਉਸ ਨੂੰ ਆਪਾਂ ਹਿੱਲ ਚੁੱਕਿਆ ਕਹਿ ਸਕਦੇ ਹਾਂ ਹਾਲਾਂਕਿ ਉਹ ਆਪਣੀ ਥਾਂ ਹੈ ਠੀਕ ਹੈ ਕਿਆ ਬਾਤ ਹੈ ਇਹ ਕਰੈਕਟਰ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਨੇ ਐਕਸਪਲੇਨ ਕੀਤਾ ਅਤੇ ਤੁਸੀਂ ਬਹੁਤ ਇੰਜੋਏ ਕਰੋਗੇ ਇਹਨਾਂ ਦੇ ਕਰੈਕਟਰ ਨੂੰ ਦੇਖ ਕੇ ਪੂਰੀ ਟੀਮ ਨੂੰ ਦੇਖ ਕੇ ਬਹੁਤ ਅੱਛਾ ਇੱਕ ਸੀਰੀਅਲ ਤੁਹਾਡੇ ਸਾਹਮਣੇ ਬਹੁਤ ਚਿਰ ਬਾਅਦ ਲੈ ਕੇ ਆ ਰਹੇ ਹਾਂ ਉਮੀਦ ਹੈ ਤੁਸੀਂ ਪਸੰਦ ਕਰੋਗੇ ਥੈਂਕ ਯੂ ਸੋ ਮਚ ਤੁਹਾਡਾ ਆਸ਼ੀਰਵਾਦ ਸਾਡੇ ਸਿਰ 'ਤੇ ਰਹਿਣਾ ਚਾਹੀਦਾ ਸਰ ਇਹਨਾਂ ਕਰਕੇ ਇਹ ਬਹੁਤ ਵਧੀਆ ਸਾਡਾ ਕੰਮ ਹੁੰਦਾ ਜੀ ਸਾਨੂੰ ਟਾਈਮ 'ਤੇ ਟਾਈਮ ਸਾਨੂੰ ਦੱਸਦੇ ਰਹਿੰਦੇ ਨੇ ਹਰ ਚੀਜ਼ ਬਾਰੇ ਅਤੇ ਇਹਨਾਂ ਦਾ ਪੂਰਾ ਪੂਰਾ ਸਹਿਯੋਗ ਮਿਲ ਰਿਹਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਲਓ ਜੀ ਆਰਟਿਸਟ ਥੋੜ੍ਹੇ ਜਿਹੇ ਤੰਗ ਕਰਦੇ ਨੇ ਇਹ ਮੁੰਡੇ ਆ ਗਿਆ ਫਿਰ ਆ ਗਿਆ ਅਤੇ ਮੈਂ ਫਿਰ ਆ ਗਿਆ ਇੱਕ ਵਾਰੀ ਬਾਏ ਬਾਏ ਸਾਰੇ ਬਾਏ ਬਾਏ ਓਕੇ ਥੈਂਕ ਯੂ ਜੀ ਮਿਲਦੇ ਹਾਂ ਫਿਰ ਆਪਾਂ ਅਪਡੇਟ ਤੁਹਾਨੂੰ ਦਿੰਦੇ ਰਹਾਂਗੇ ਰੋਜ਼ ਰੋਜ਼ ਕਿਉਂਕਿ ਇਹ ਸ਼ੂਟ ਥੋੜ੍ਹਾ ਲੰਬਾ ਚੱਲਣਾ ਆਪਣਾ ਅੱਜ ਪੰਜਵਾਂ ਦਿਨ ਹੈ ਅਤੇ ਕੁਝ ਦਿਨ ਬਾਅਦ ਫਿਰ ਤੁਹਾਨੂੰ ਮੈਂ ਅਪਡੇਟ ਦੇਵਾਂਗਾ ਉਸ ਤਦ ਤੱਕ ਲਈ ਥੈਂਕ ਯੂ ਧੰਨਵਾਦ ਬਾਏ ਥੈਂਕ ਯੂ